ਡਿਵੀਜ਼ਨਲ ਪੁਲਿਸ ਵੱਲੋਂ ਜਲੰਧਰ ਵੱਲੋਂ 31/1/2024 ਨੂੰ ਡਰੱਗਸ ਦੇ ਖਿਲਾਫ ਸਪੈਸ਼ਲ ਮੁਹਿੰਮ ਜਿਹੜੀ ਚਲਾਈ ਗਈ ਹੈ ਉਹਦੇ ਵਿੱਚ ਜਿਹੜੀ ਪਹਿਲਾਂ ਦਰਜ ਕੇਸਿਸ ਸੀਗੇ ਉਹਦੇ ਵਿੱਚ ਕਰੀਬ 28 ਕੇਸਿਸ ਦੀ ਡਰੱਗ ਡਿਸਪੋਜ਼ ਕਰਵਾਈ ਗਈ ਜਿਹਦੇ ਵਿੱਚ ਪੋਪੀ ਹਸਕ, ਹੈਰੋਇਨ, ਚਰਸ ਅਤੇ ਹੋਰ ਮਟੀਰੀਅਲ ਸੀਗਾ। ਕਰੀਬ 230 ਕਿਲੋ ਪੋਪੀ ਹਸਕ ਅਤੇ 3 ਕਿਲੋ ਤੋਂ ਵੱਧ ਦੀ ਹੈਰੋਇਨ ਵੀ ਡਿਸਪੋਜ਼ ਕਰਵਾਈ ਗਈ। ਅਤੇ ਜਿਹੜੀ ਕਮਿਸ਼ਨਰ ਪੁਲਿਸ ਜਲੰਧਰ ਦੀ ਡਰੱਗਸ ਦੇ ਖਿਲਾਫ ਮੁਹਿੰਮ ਹੈ ਇਹ ਇਸੇ ਤਰ੍ਹਾਂ ਫਿਊਚਰ ਦੇ ਵਿੱਚ ਵੀ ਜਾਰੀ ਰਹੇਗੀ ਜੀ। ਥੈਂਕ ਯੂ, ਜੈ ਹਿੰਦ।